मैं मनजीत कौर स्वागत करती हूँ तुहाडा सारयां दा पंजाबी कुकिंग चैनल दे विच। मेरे वालों सारयां नूं प्यार भरी सति श्री अकाल। आपां जदों कदे बाहर रोटी खाण जांदे आ जां विआह शादी दे विच जांदे आ उत्थे आपां हलवाई दे द्वारा जिहड़ियां बणियां होईयां सब्जियां हुंदियां आ उहनां नूं खाण तों बाद सानूं इदां जरूर महसूस हुंदा आ कि घर दे विच उह सब्जी दा स्वाद नहीं आउंदा। जिहड़ियां सब्जियां जिद्दां हलवाई बणाउंदे आ उस तरीके दी सब्जी साडे तों घर दे विच नहीं बणदी। आज दी वीडियो दे विच आपां पालक पनीर बना के तैयार करांगे। ये पालक पनीर उसे तरीके का बन के तैयार होगा जिवें दा हलवाई बनांदे आ। मैनूं उम्मीद आ कि जे इस तरीके दे नाल तुसीं पालक पनीर घर दे विच बना के खा लिया तो कदे भी बाहर दा पालक पनीर खाना पसंद नहीं करूंगे। ये इन्ना ज़्यादा स्वाद बन के तैयार होगा। पालक पनीर बनाने वास्ते 400 ग्राम पालक लई आ। पालक दीआं जिहड़ियां डंडियां सी ਉਹ ਆਪਾਂ ਸਾਰੀਆਂ ਉਤਾਰ ਕੇ ਸਿਰਫ ਪੱਤੇ ਪੱਤੇ ਆਪਾਂ ਲਏ ਆ। ਪੱਤਿਆਂ ਨੂੰ 4 ਤੋਂ 5 ਵਾਰੀ ਪਾਣੀ ਦੇ ਵਿੱਚ ਧੋ ਲਿਆ। ਧੋਣ ਤੋਂ ਬਾਅਦ ਉਹਨੂੰ ਇਸ ਤਰੀਕੇ ਦੇ ਨਾਲ ਆਪਾਂ ਕੱਟ ਕੇ ਤਿਆਰ ਕਰ ਲਿਆ। 400 ਗ੍ਰਾਮ ਪਾਲਕ ਦੇ ਵਿੱਚ 300 ਗ੍ਰਾਮ ਅਸੀਂ ਪਨੀਰ ਪਾਇਆ ਆ। ਪਨੀਰ ਨੂੰ ਇਸ ਤਰੀਕੇ ਦੇ ਨਾਲ ਲੰਬੇ ਟੁਕੜਿਆਂ ਦੇ ਵਿੱਚ ਕੱਟਿਆ ਆ। ਇਸ ਤੋਂ ਇਲਾਵਾ ਜਿਹੜਾ ਬਾਕੀ ਦਾ ਸਮਾਨ ਲਿਆ ਆ ਉਹ ਵੀ ਦੇਖ ਲੈਂਦੇ ਹਾਂ। 400 ਗ੍ਰਾਮ ਪਾਲਕ ਦੇ ਵਿੱਚ 250 ਗ੍ਰਾਮ ਆਪਾਂ ਪਿਆਜ਼ ਪਾਉਣਾ ਆ। ਪਿਆਜ਼ ਨੂੰ ਇੱਦਾਂ ਪਤਲੇ ਅਤੇ ਲੰਬੇ ਲੰਬੇ ਪੀਸ ਦੇ ਵਿੱਚ ਕੱਟ ਲਿਆ। ਇਹਨਾਂ ਨੂੰ ਅਸੀਂ ਤਲ ਕੇ ਤਿਆਰ ਕਰਨਾ ਆ। ਬਰਾਊਨ ਪਿਆਜ਼ ਜਿਹੜੇ ਹੁੰਦੇ ਆ ਉਹ ਪਿਆਜ਼ ਆਪਾਂ ਬਣਾ ਲੈਣੇ ਆ। 3 ਟਮਾਟਰ ਲਏ ਆ। ਟਮਾਟਰ ਨੂੰ ਉਬਾਲ ਲਵਾਂਗੇ। 1.5 ਇੰਚ ਅਦਰਕ ਦਾ ਟੁਕੜਾ ਆ। ਲਸਣ ਲਿਆ ਅਤੇ 4 ਹਰੀਆਂ ਮਿਰਚਾਂ। ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਮਿਕਸੀ ਦੇ ਵਿੱਚ ਪਾ ਕੇ ਪੀਸ ਲੈਣਾ ਆ। ਹੁਣ ਕੋਈ ਵੀ ਇੱਦਾਂ ਖੁੱਲ੍ਹਾ ਭਾਂਡਾ ਲੈ ਲੈਣਾ ਆ। ਇਹਦੇ ਵਿੱਚ 1 ਕੌਲੀ ਪਾਣੀ ਦੀ ਪਾ ਦੇਣੀ ਆ। ਪਾਣੀ ਪਾ ਕੇ ਪਾਲਕ ਪਾ ਦਾਂਗੇ। ਕਈ ਵਾਰੀ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਪਾਲਕ ਨੂੰ ਉਬਾਲਣ ਦੇ ਨਾਲ ਇਹਦੇ ਜਿਹੜੇ ਨਿਊਟ੍ਰੀਸ਼ਨਸ ਆ ਉਹ ਖਤਮ ਹੋ ਜਾਂਦੇ ਆ। ਪਰ ਜਿਹੜਾ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਪਾਣੀ ਨੂੰ ਆਪਾਂ ਕੱਢਾਂਗੇ ਨਹੀਂ। ਜਦੋਂ ਅਸੀਂ ਪਨੀਰ ਦੇ ਵਿੱਚ ਪਾਣੀ ਪਾਉਣਾ ਆ ਤਾਂ ਇਸੇ ਪਾਣੀ ਦਾ ਆਪਾਂ ਇਸਤੇਮਾਲ ਕਰਾਂਗੇ। ਮਿਲਾ ਲਾਂਗੇ ਇੱਕ ਵਾਰੀ। ਪਾਲਕ ਦੇਖਣ ਦੇ ਵਿੱਚ ਹੀ ਕਾਫੀ ਜ਼ਿਆਦਾ ਲੱਗਦੀ ਸੀ। ਹੁਣ ਜਦੋਂ ਇਹਨੇ ਨਰਮ ਹੋ ਜਾਣਾ ਤਾਂ ਥੋੜ੍ਹੀ ਜਿਹੀ ਬਣ ਜਾਂਦੀ ਆ। ਉੱਪਰੋਂ ਦੀ ਇਹਨੂੰ ਢੱਕ ਦਾਂਗੇ। ਮੀਡੀਅਮ ਜਿਹਾ ਸੇਕ ਕਰ ਦਾਂਗੇ। 5 ਤੋਂ 6 ਮਿੰਟ ਤੱਕ ਪਾਲਕ ਨੂੰ ਪਕਾ ਲਾਂਗੇ। ਜਦੋਂ ਇਹਨੂੰ ਢੱਕਣਾ ਆ ਤਾਂ ਥੋੜ੍ਹਾ ਜਿਹਾ ਸਾਈਡ ਤੋਂ ਇੱਦਾਂ ਆਪਾਂ ਖੁੱਲ੍ਹਾ ਰੱਖਣਾ ਆ। 5 ਤੋਂ 6 ਮਿੰਟ ਤੱਕ ਪਾਲਕ ਨੂੰ ਪਕਾ ਲਿਆ। ਪਾਲਕ ਤਿਆਰ ਆ ਬਣ ਕੇ, ਇੱਕਦਮ ਨਰਮ ਹੋ ਗਈ ਆ। ਗੈਸ ਬੰਦ ਕਰ ਦੇਣੀ ਆ ਅਤੇ ਪਾਲਕ ਦੇ ਵਿੱਚੋਂ ਦੇਖੋ ਇੰਨਾ ਕੁ ਪਾਣੀ ਨਿਕਲਿਆ ਆ। ਜਦੋਂ ਆਪਾਂ ਇਹਨੂੰ ਪੀਸਣਾ ਆ ਇਹ ਪਾਣੀ ਆਪਾਂ ਵਿੱਚ ਹੀ ਇਸਤੇਮਾਲ ਕਰ ਲੈਣਾ ਆ। ਇਹ ਪਾਣੀ ਨੂੰ ਆਪਾਂ ਕੱਢਣਾ ਨਹੀਂ ਬਾਹਰ। ਇਸੇ ਕਰਕੇ ਆਪਾਂ ਘੱਟ ਪਾਣੀ ਪਾਇਆ ਸੀ ਕਿਉਂਕਿ ਪਾਲਕ ਦੇ ਵਿੱਚੋਂ ਵੀ ਪਾਣੀ ਨਿਕਲਦਾ ਆ। ਜੇ ਆਪਾਂ ਜ਼ਿਆਦਾ ਪਾਣੀ ਪਾ ਲਈਏ ਫਿਰ ਉਹ ਪਾਣੀ ਸਾਨੂੰ ਬਾਹਰ ਕੱਢਣਾ ਪਊਗਾ। ਅਤੇ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਤੁਹਾਡੇ ਤੋਂ ਪੈ ਵੀ ਜਾਵੇ ਜਦੋਂ ਤੁਸੀਂ ਗ੍ਰੇਵੀ ਬਣਾਉਣੀ ਆ ਤਾਂ ਤੁਸੀਂ ਉਸ ਪਾਣੀ ਨੂੰ ਗ੍ਰੇਵੀ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ। ਇਹਨੂੰ ਆਪਾਂ ਸਾਈਡ 'ਤੇ ਰੱਖ ਦਾਂਗੇ, ਠੰਡੀ ਹੋ ਜੂਗੀ ਪਾਲਕ, ਫਿਰ ਆਪਾਂ ਇਹਨੂੰ ਪੀਸ ਕੇ ਤਿਆਰ ਕਰਦੇ ਹਾਂ। ਹੁਣ ਟਮਾਟਰਾਂ ਨੂੰ ਉਬਾਲ ਕੇ ਤਿਆਰ ਕਰਾਂਗੇ। ਟਮਾਟਰਾਂ ਨੂੰ ਉਬਾਲਣ ਲਈ ਪਾਣੀ ਰੱਖ ਦਿੱਤਾ। ਟਮਾਟਰ ਨੂੰ ਇੱਦਾਂ ਵਿੱਚੋਂ ਦੀ ਆਪਾਂ ਕੱਟ ਲਾ ਦੇਣਾ ਹੈ ਇਸ ਤਰੀਕੇ ਦੇ ਨਾਲ। 3 ਤੋਂ 4 ਮਿੰਟ ਤੱਕ ਟਮਾਟਰਾਂ ਨੂੰ ਉਬਾਲ ਲਿਆ। ਗੈਸ ਬੰਦ ਕਰ ਦੇਣੀ ਆ। ਜਿਹੜਾ ਟਮਾਟਰਾਂ ਨੂੰ ਆਪਾਂ ਵਿੱਚੋਂ ਦੀ ਚੀਰਾ ਲਾਇਆ ਸੀ ਉਹ ਲਾਉਣ ਦੇ ਨਾਲ ਟਮਾਟਰ ਦਾ ਜਿਹੜਾ ਛਿਲਕਾ ਆ ਉਹ ਛੇਤੀ ਉਤਰ ਜਾਂਦਾ ਆ। ਤਿੰਨੇ ਚੀਜ਼ਾਂ ਨੂੰ ਆਪਾਂ ਪੀਸ ਕੇ ਤਿਆਰ ਕਰ ਲਿਆ। ਹਰੀ ਮਿਰਚ, ਲਸਣ ਅਤੇ ਅਦਰਕ ਆਪਾਂ ਤਿੰਨੇ ਇਕੱਠੇ ਪੀਸੇ ਆ। ਉਬਲੇ ਹੋਏ ਟਮਾਟਰ ਇਹਨਾਂ ਨੂੰ ਅਲੱਗ ਪੀਸਿਆ ਅਤੇ ਪਾਲਕ ਜਿਹੜੀ ਆ ਇਹਨੂੰ ਅਲੱਗ ਪੀਸਿਆ ਆ। ਹੁਣ ਇਹਦੇ ਵਾਸਤੇ ਆਪਾਂ ਗ੍ਰੇਵੀ ਤਿਆਰ ਕਰਦੇ ਹਾਂ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ। ਇਹਦੇ ਵਿੱਚ ਆਪਾਂ ਪਿਆਜ਼ ਪਾ ਦੇਣੇ ਆ। ਪਿਆਜ਼ ਪਾ ਕੇ ਆਪਾਂ ਤਲ ਲਾਂਗੇ। ਪਿਆਜ਼ ਨੂੰ ਆਪਾਂ ਭੂਰੇ ਰੰਗ ਦਾ ਕਰ ਲੈਣਾ ਹੈ। ਸੇਕ ਤੇਜ਼ ਰੱਖਣਾ ਆ, ਤੇਜ਼ ਸੇਕ ਦੇ ਉੱਤੇ ਹੀ ਇਹਨਾਂ ਨੂੰ ਤਲਣਾ ਹੈ। ਪਿਆਜ਼ ਤਲਿਆ ਗਿਆ, ਗੈਸ ਬੰਦ ਕਰ ਦੇਣੀ ਹੈ।
जो आपां बाहर कटना है इहदा रंग थोड़ा जिहा होर ब्राउन हो जाना है। प्याज नूं थोड़ा जिहा ठंडा कर लेना है, ठंडा करके इहनूं आपां पीस लेना है। पीसण टाइम इहदे विच बिल्कुल भी पानी नहीं पाना, इहनूं कल्ले प्याज नूं पीसना है। उसे फ्राईपैन दे विच पावांगे 2 चमचे तेल दे, अद्धा चमचा पावांगे जीरे दा, 1/4 हिस्सा चमचे दा हिंग, 1/4 हिंग नूं भुन के हुण इहदे विच अदरक लसन ते हरी मिर्च पा दो। ਕਿੰਨੇ ਚੀਜ਼ਾਂ ਭੁੰਨ ਹੋ ਗਈਆਂ, ਟਮਾਟਰ ਪਾ ਦਿੰਦੇ ਹਾਂ। ਟਮਾਟਰ ਭੁੰਨ ਕੇ ਤਿਆਰ ਆ, ਗੈਸ ਘੱਟ ਕਰ ਦੇਣੀ ਆ। 1 ਚਮਚਾ ਪਾਵਾਂਗੇ ਧਨੀਆ ਪਾਊਡਰ, 1/4 ਹਿੱਸਾ ਚਮਚੇ ਦਾ ਲਾਲ ਮਿਰਚ, 1/2 ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ, 1/2 ਚਮਚਾ ਹਲਦੀ, ਲੂਣ ਸਵਾਦ ਦੇ ਹਿਸਾਬ ਨਾਲ 1 ਚਮਚਾ ਮੈਂ ਲੂਣ ਦਾ ਪਾਇਆ ਹੈ, 1/2 ਚਮਚਾ ਗਰਮ ਮਸਾਲਾ, ਥੋੜ੍ਹਾ ਜਿਹਾ ਪਾਵਾਂਗੇ ਪਾਣੀ। ਟਮਾਟਰ ਵਾਲੀ ਜਿਹੜੀ ਕੌਲੀ ਸੀ ਜਿਹ 'ਚ ਟਮਾਟਰ ਪੀਸੇ ਹੋਏ ਸੀ ਉਹਦੇ 'ਚ ਹੀ ਮੈਂ ਪਾਣੀ ਪਾ ਲਿਆ। ਸੇਕ ਤੇਜ਼ ਕਰ ਲੈਣਾ ਹੈ। ਹੁਣ ਇਹਨਾਂ ਮਸਾਲਿਆਂ ਨੂੰ ਆਪਾਂ 4 ਤੋਂ 5 ਮਿੰਟ ਤੱਕ ਭੁੰਨਣਾ ਹੈ। ਗ੍ਰੇਵੀ ਭੁੰਨ ਕੇ ਤਿਆਰ ਆ, ਤੇਲ ਦੇਖੋ ਛੱਡਣਾ ਸ਼ੁਰੂ ਕਰ ਦਿੱਤਾ ਇਹਨੇ। ਹੁਣ ਇਹਨੂੰ ਆਪਾਂ ਸਾਈਡ 'ਤੇ ਰੱਖ ਦੇਣਾ ਹੈ ਗ੍ਰੇਵੀ ਨੂੰ। ਜਦੋਂ ਤੱਕ ਗ੍ਰੇਵੀ ਤੇਲ ਨਾ ਛੱਡੇ ਉਦੋਂ ਤੱਕ ਗ੍ਰੇਵੀ ਨੂੰ ਭੁੰਨਣਾ ਆ, ਕਿਉਂਕਿ ਜਦੋਂ ਤੇਲ ਛੱਡ ਦਿੰਦੀ ਆ ਫਿਰ ਗ੍ਰੇਵੀ ਚੰਗੇ ਤਰੀਕੇ ਦੇ ਨਾਲ ਪੱਕਦੀ ਆ ਅਤੇ ਸਬਜ਼ੀ ਦਾ ਸਵਾਦ ਉਨਾ ਹੀ ਜ਼ਿਆਦਾ ਵਧੀਆ ਆਉਂਦਾ ਆ ਜਿੰਨਾ ਜ਼ਿਆਦਾ ਆਪਾਂ ਮਸਾਲੇ ਨੂੰ ਵਧੀਆ ਤਰੀਕੇ ਦੇ ਨਾਲ ਭੁੰਨਦੇ ਹਾਂ। ਹੁਣ ਲਵਾਂਗੇ ਕੜਾਹੀ, ਕੜਾਹੀ ਦੇ ਵਿੱਚ ਪਾਵਾਂਗੇ 2-3 ਚਮਚੇ ਤੇਲ ਦੇ। ਇਹ ਜਿਸ ਤੇਲ ਦੇ ਵਿੱਚ ਮੈਂ ਪਿਆਜ਼ ਫਰਾਈ ਕੀਤੇ ਆ ਉਹੀ ਤੇਲ ਲਿਆ ਆ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 3 ਹਰੀਆਂ ਇਲਾਇਚੀਆਂ। ਤੇਲ ਨੂੰ ਅਸੀਂ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ। 1 ਟੁਕੜਾ ਦਾਲਚੀਨੀ ਦਾ, 1 ਫੁੱਲ ਜਵਿੱਤਰੀ ਦਾ, ਨਾਲ ਹੀ ਹੁਣ ਇਹਦੇ ਵਿੱਚ ਪਾਵਾਂਗੇ 1/2 ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ। ਕਸ਼ਮੀਰੀ ਲਾਲ ਮਿਰਚ ਪਾਊਡਰ ਦੇਖੋ ਜਿਹੜੀ ਕੌੜੀ ਨਹੀਂ ਆ, ਸਿਰਫ ਆਪਾਂ ਰੰਗ ਵਾਸਤੇ ਪਾਉਣ ਲੱਗੇ ਹਾਂ। 1 ਚਮਚਾ ਸੁੱਕੀ ਹੋਈ ਮੇਥੀ, ਸੇਕ ਘੱਟ ਰੱਖਣਾ ਆ, ਘੱਟ ਸੇਕ ਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਭੁੰਨਣਾ ਆ। ਇਹਨਾਂ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਤੁਸੀਂ ਚਾਹੋ ਤਾਂ ਇਹ ਸਾਬਤੇ ਮਸਾਲੇ ਵਿੱਚੋਂ ਕੱਢ ਸਕਦੇ ਹੋ, ਜੇ ਨਹੀਂ ਕੱਢਣਾ ਚਾਹੋ ਤਾਂ ਤੁਸੀਂ ਨਾਲ ਹੀ ਪਾ ਸਕਦੇ ਹੋ। 1 ਮਿੰਟ ਲਈ ਆਪਾਂ ਇਹਨਾਂ ਨੂੰ ਭੁੰਨ ਲਿਆ। ਹੁਣ ਪਾ ਦਾਂਗੇ ਪੀਸੀ ਹੋਈ ਪਾਲਕ। ਬਿਲਕੁਲ ਹਲਵਾਈ ਸਟਾਈਲ ਇਹ ਸਬਜ਼ੀ ਆ, ਬਹੁਤ ਜ਼ਿਆਦਾ ਸਵਾਦ ਬਣੂਗੀ। ਤੁਸੀਂ ਇੱਕ ਵਾਰੀ ਜ਼ਰੂਰ ਇਹਨੂੰ ਬਣਾ ਕੇ ਦੇਖਿਓ, ਮੇਰੀ ਗਰੰਟੀ ਆ ਕਿ ਇਸ ਸਬਜ਼ੀ ਨੂੰ ਖਾਣ ਤੋਂ ਬਾਅਦ ਤੁਸੀਂ ਕਦੀ ਵੀ ਬਾਹਰ ਦਾ ਪਾਲਕ ਪਨੀਰ ਨਹੀਂ ਖਾਓਗੇ। ਜਿਹੜੇ ਜੱਗ ਦੇ ਵਿੱਚ ਅਸੀਂ ਪਾਲਕ ਪੀਸੀ ਸੀ ਉਹਦੇ ਵਿੱਚ 1/2 ਕੱਪ ਪਾਣੀ ਦਾ ਪਾ ਕੇ ਸਾਰੀ ਪਾਲਕ ਆਪਾਂ ਉਤਾਰ ਲਈ। ਸੇਕ ਹੁਣ ਮੀਡੀਅਮ ਰੱਖਾਂਗੇ। ਮੀਡੀਅਮ ਸੇਕ ਦੇ ਉੱਪਰ ਪਾਲਕ ਨੂੰ 6 ਤੋਂ 7 ਮਿੰਟ ਤੱਕ ਪੱਕਣ ਦੇਣਾ ਆ। ਪਾਲਕ ਜਦੋਂ ਉਬਲਣ ਲੱਗ ਜਾਂਦੀ ਆ ਇਹਦੇ ਕਾਫੀ ਜ਼ਿਆਦਾ ਛਿੱਟੇ ਪੈਂਦੇ ਆ, ਤੁਸੀਂ ਇਹਨੂੰ ਉੱਪਰੋਂ ਢੱਕ ਦੇਣਾ ਆ ਤਾਂ ਕਿ ਛਿੱਟੇ ਬਾਹਰ ਨਾ ਆਉਣ। ਢੱਕਣ ਨੂੰ ਥੋੜ੍ਹਾ ਜਿਹਾ ਆਪਾਂ ਛੱਕ ਕੇ ਪਾਲਕ ਨੂੰ ਹਿਲਾ ਲੈਣਾ। ਪੰਜ ਤੋਂ 6 ਮਿੰਟ ਤੱਕ ਪਾਲਕ ਨੂੰ ਪਕਾ ਲਿਆ। ਹੁਣ ਇਹਦੇ ਵਿੱਚ ਜਿਹੜੇ ਪੀਸ ਕੇ ਆਪਾਂ ਪਿਆਜ਼ ਰੱਖੇ ਆ ਉਹ ਪਾ ਦੇਣੇ ਆ, ਮਿਲਾ ਦਾਂਗੇ। ਪਿਆਜ਼ ਨੂੰ ਮਿਲਾ ਕੇ ਹੁਣ ਇਹਦੇ ਵਿੱਚ ਗ੍ਰੇਵੀ ਪਾ ਦਾਂਗੇ। ਮਿਲਾ ਦਾਂਗੇ
पालक काफ़ी ज़्यादा संघनी आ, हुण इहदे विच असीं एक कप गर्म पानी का पा देना आ। फ्राई पैन दे विच पानी पा लिया, जिन्ना भी मसाला लग्या सी उह वी आपां उतार लिया। अद्धा चमचा पावांगे चाट मसाले, मिला लाँगे मिला के। हुण सेक मीडियम कर देना आ। मीडियम सेक के उपर 4 तो 5 मिनट तक असी इनू पक्कन देवे। जिमें हम ये असी मसाला पाया आ, प्याज पाया आ, उस सारिया चीज़ों का जोड़ा स्वाद आ पालक के चंगी तरह आजगा। ग्रेवी पक के तैयार आ। एक बार मिला देंगे इदा। हूँ आप पनीर पा देना है। पनीर दे पीस पा के 2 तो 3 मिनट तक ग्रेवी दे विच पकाना है। जे क्रीम पानी चाहो तो तुसी इस टाइम दे उत्ते क्रीम भी पा सकते हो। पालक पनीर बहुत ज़्यादा वधिया बन के तैयार होया आ। गैस बंद कर देनी है। गैस बंद करके इनू आपां टोंगे दे विच कट लांगे। पालक पनीर बन के तैयार आ। पालक पनीर बहुत वधिया बन के तैयार होया आ। तुसी इनू रोटी दे नाल, परौंठे दे नाल बना के सर्व कर सकते हो। इसे तरीके दे नाल इनू बना के खाओ। वीडियो नू प्लीज़ लाइक ते शेयर जरूर करिया करो। चैनल दे पहली बारी आके वीडियो देखते पे हो तो चैनल नू सबसक्राइब जरूर करके जायो। वीडियो देखने लई बहुत बहुत धन्यवाद।